ਚੌਲ ਬਾਸਮਤੀ ਚੌਲ ਲਓ ਜੀ, ਚੌਲ ਬਾਸਮਤੀ ਚੌਲ ਬੀਬੀ ਜੀ, ਚੌਲ ਬਾਈ ਬੀਬੀ ਨੂੰ ਬਾਸਮਤੀ ਚੌਲ ਦੇਖ ਲਓ। ਭਰਾਵਾ ਬੀਬੀ ਨੂੰ ਕਿੰਨਾ ਬੀਬਾ ਬੈਠਾ ਨਜ਼ਰ ਨਹੀਂ ਆਉਂਦਾ ਤੁਹਾਨੂੰ? ਚੌਲ ਦਾ ਤਾਂ ਫਿਰ ਬੀਬੀਆਂ ਨੂੰ ਪਤਾ ਹੁੰਦਾ ਨਾ ਜੀ, ਤੁਹਾਨੂੰ ਬੀਬਾ ਨੂੰ ਕੀ ਪਤਾ ਚੌਲਾਂ ਦਾ? ਚੌਲ ਬਹੁਤ ਪਏ ਨੇ, ਆਪਾਂ ਨੂੰ ਚੌਲ ਨਹੀਂ ਚਾਹੀਦੇ ਭਾਜੀ। ਆਲੇ ਚੌਲ ਥੋੜ੍ਹੀ ਮਿਲ ਜਾਣੇ ਤੁਹਾਨੂੰ, ਬਾਸਮਤੀ ਚੌਲ ਭਾਜੀ 32 ਰੁਪਈਏ ਕਿਲੋ ਦੇਣ ਡਿਆ। ਉਹ ਯਾਰ ਕਿਉਂ ਤੰਗ ਕਰਦਾ ਭਰਾਵਾ, ਚੌਲ ਨਹੀਂ ਚਾਹੀਦੇ ਨੇ ਯਾਰ, ਕਮਾਲ ਦੀ ਗੱਲ ਕਰਨ ਵਿੱਚ ਤੰਗ ਵਾਲੀ ਕਿਹੜੀ ਗੱਲ ਹੋ ਗਈ ਦੱਸੋ। ਜਲਦੀ ਚੱਲ ਬਈ, ਉਦਾਂ ਟਰੱਕ ਉੱਠਿਆ ਵਾ, ਲੋਕ ਸਾਰੇ ਹਾਲੇ ਇੱਕ ਨਹੀਂ ਵਿਕੀ ਤੇਰੇ ਕੋਲ। ਚਲੀਏ ਜਾਂ 2 ਮਿੰਟ ਠਹਿਰ ਜਾ ਦਾ ਜੀ, ਕੋਈ ਦੇਖ ਲਓ ਥੋੜ੍ਹਾ ਜਿਹਾ, ਮੇਰਾ ਟਰੱਕ ਉੱਲਟ ਗਿਆ, ਮੇਰੇ ਨਾਲ ਹੀ ਕੰਮ ਕਰਦਾ ਭਾਜੀ। ਸਾਡਾ ਉਲਟ ਗਿਆ ਟਰੱਕ ਤੇ ਤਾਂ ਕਰਕੇ ਅਸੀਂ ਬੋਰੀਆਂ ਵੇਚਣ ਡਿਆ। ਦੇਖੋ ਤਾਂ ਚੌਲ ਦੇਖੋ ਬਾਸਮਤੀ ਏਦਾਂ ਖਿੜਿਆ ਚੌਲ ਕੇ ਦੇਖੋ ਸੁਣ ਕੇ। ਹਾ 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 ਭਾਜੀ, ਅਸੀਂ ਕਦੇ ਇੱਦਾਂ ਨਹੀਂ ਵੇਚਦੇ, ਅਸੀਂ ਤਾਂ ਟਰੱਕਾਂ 'ਚ ਟਰੱਕ ਵੇਚਦੇ ਤਾਂ ਭਾਅ ਉਹਨਾਂ ਦਾ ਟਰੱਕ ਉੱਥੇ ਪਲਟ ਗਿਆ ਅਤੇ ਬੋਰੀਆਂ ਪਾੜ ਗਈਆਂ, ਬੰਦਾ ਇੱਕ ਜ਼ਖਮੀ ਹੋ ਗਿਆ ਸਾਡਾ, ਅਸੀਂ ਤਾਂ ਕਰਕੇ ਘਰ ਘਰ ਵੇਚਣ ਡਿਆ ਜਾ। ਆਪਾਂ ਕਹਿੰਦੇ ਕਿਸੇ ਦੇ ਕੰਮ ਆ ਜਾਵੇ, ਉੱਦਾਂ ਉੱਥੇ ਸਾਰੀ ਖਰਾਬ ਸੜਕ 'ਤੇ ਰੁਲਦੀ ਪਈ ਆ। 64 ਰੁਪਏ ਕਿਲੋ ਵੇਚਦੇ ਆਪਾਂ ਭਾਜੀ, ਮੈਂ ਤਾਂ 32 ਕਹਿ ਛੱਡਿਆ ਇਹਨਾਂ ਨੂੰ ਤੇ 32 ਠੀਕ ਆ। ਉਹ ਨਹੀਂ ਭਰਾਵਾ, 32 ਕਹਿ ਦਿੱਤਾ ਪਰ ਨਹੀਂ ਚਾਹੀਦਾ ਨਹੀਂ ਨਾ ਭਾਜੀ। 32 ਮੱਥੇ ਲੱਗਦੀ ਹੈ, ਝੂਠ ਨਹੀਂ ਬੋਲਦੇ, 32 ਤਾਂ ਹੀ ਕਿਹਾ। 32 ਕਹਿ ਤੇ ਭਾਜੀ ਤੁਹਾਨੂੰ ਨਹੀਂ ਹੁੰਦਾ, ਸੂਰਜ ਹੁੰਦਾ, ਸੂਰਜ ਮੱਥੇ ਲੱਗਦਾ। ਨਹੀਂ ਭਾਜੀ ਤੁਹਾਨੂੰ ਪਤਾ ਨਹੀਂ ਹੈਗਾ, ਬੀਬੀ ਨੂੰ ਸੱਦੋ ਯਾਰ ਜੀ, ਆਪਾਂ ਮਜਬੂਰ ਸਾਡਾ ਟਰੱਕ ਉੱਟਿਆ, ਤੁਸੀਂ ਮਜ਼ਾਕ ਉਡਾਉਣ। ਕਿਆ ਹਰ ਗੱਲ ਬੀਬੀ ਨੂੰ ਸੱਦੋ, ਬੀਬੀ ਨੂੰ ਸੱਦੋ, ਆਪਾਂ ਯਾਰ ਮਾੜੇ, ਆਪਾਂ ਗੱਲ ਨਹੀਂ ਕਰ ਸਕਦੇ। ਚੈੱਕ ਕਰ ਲਓ ਨਾ ਭਾਜੀ, ਕਿਤੇ ਬਾਸਮਤੀ ਇੱਦਾਂ ਦੀ ਮਿਲ ਜਾਏ, ਕਿਤੇ ਨਾ ਪਟਾ ਦਿਓ ਸਾਡਾ। ਤੁਹਾਡਾ ਨੱਕ ਬੰਦ ਲੱਗਣ ਡਿਆ, ਸੁਣ ਕੇ ਵੀ ਬੋਲਦੇ ਨਹੀਂ ਪਿਆ ਯਾਰ। ਨੱਕ ਕਿੱਥੇ, ਤੁਸੀਂ ਮੇਰਾ ਮੂੰਹ ਬੰਦ ਕਰੀ ਜਾਂਦੇ ਪਏ, ਨੱਕ ਕਿੱਥੇ ਬੰਦ ਆ ਭਾਜੀ? ਨਹੀਂ ਪਤਾ ਕੀ ਹੈ, ਲੋੜ ਨਹੀਂ ਹੈਗੀ ਤੁਹਾਡੀ ਚੀਜ਼, ਬਹੁਤ ਵਧੀਆ ਹੋ ਗਈ। ਆਪਾਂ ਕੀ ਕਰ ਰਹੇ ਹਾਂ, ਕਰਨੇ ਕੀ, ਆਪਾਂ ਕੀ ਕਰਨੇ ਯਾਰ? ਆਹ ਦੇਖੋ ਭਾਜੀ, ਬੋਰੀ ਪਈ ਥੱਲੇ, ਚੌਲ ਵੈਸੇ ਹੀ ਮੈਨੂੰ ਸ਼ੂਗਰ ਹੈਗੀ ਆ, ਮੈਂ ਚੌਲ ਖਾਂਦਾ ਹੀ ਨਹੀਂ ਆ। ਤਾਂ ਹੀ ਕਹਿੰਦਾ ਨਾ, ਬੀਬੀ ਨੂੰ ਬੁਲਾਓ, ਤੁਹਾਨੂੰ ਸ਼ੂਗਰ ਹੈਗੀ, ਬੀਬੀ ਹੁਣ ਥੋੜ੍ਹੀ ਹੋਣੀ ਸ਼ੂਗਰ ਹੈ ਨਾ, ਮਿੱਠੇ ਚੌਲ ਬਣਾ ਕੇ ਦੇਖੋ, ਇੰਨੇ ਸਵਾਦ ਬਣ ਗਏ ਨਾ ਜਰਦਾ। ਬੀਬੀ ਨੂੰ ਬੁਲਾਓ, ਇੱਦਾਂ ਕਹਿਣ ਜਿਵੇਂ ਪਤਾ ਨਹੀਂ ਇਹਨੇ ਬਿਰਿਆਨੀ ਰੇੜੀ ਲਾਈ ਹੈ, ਕੁਛ ਨਹੀਂ ਹੈ, ਕੋਈ ਨਹੀਂ ਖਾਂਦਾ ਸਾਡੇ ਘਰ ਚੌਲ। ਭਾਜੀ ਇੱਦਾਂ ਕਰੋ ਭਾਜੀ, ਤੁਸੀਂ ਚੈੱਕ ਕਰ ਲਓ ਚੌਲ, ਦੇਖੋ ਕਿਹੋ ਬਾਸਮਤੀ ਯਾਰ। ਇੱਦਾਂ ਕਰੋ, ਮੇਰੀ ਗੱਲ ਸੁਣੋ, ਨਹੀਂ ਖਾਂਦੇ ਚੌਲ ਆਪਾਂ, ਬੰਦੇ ਜਾਂ ਮਜਬੂਰ ਬੰਦਾ ਕਿਹਾ, ਟਰੱਕ ਉੱਲਟਿਆ, ਭਲਾ ਕਰ ਦਿਉ, ਕਿਸੇ ਗਰੀਬ ਨੂੰ ਦੇ ਦਈਏ ਯਾਰ। ਉਹ ਠੀਕ ਹੈ, ਚੌਲ ਜੇ ਚੈੱਕ ਕਰਨੇ ਫਿਰ ਧਰ ਕੇ ਹੀ ਦੇਖਾਂਗੇ ਨਾ, ਬਣਾ ਕੇ ਦੇਖ ਲੈਣ। ਬਣਾ ਲਓ, ਆਪਾਂ ਬੈਠੇ ਹਾਂ, ਕੋਈ ਮੁਰਗਾ ਮਰਗਾ ਬਣਿਆ ਨਾਲ, ਬਿਰਿਆਨੀ ਬਣਾ ਲਓ ਆਪਾਂ ਖਾਣਾ। ਭਾਜੀ ਸਮਝਿਆ ਕਰੋ, ਐਵੇਂ ਨਾਲ ਤੁਹਾਡਾ ਟਰੱਕ ਉੱਲਟਿਆ, ਤੁਹਾਨੂੰ ਮੁਰਗਾ ਖਾਣ ਦੀ ਪਈ ਹੈ ਭਾਜੀ, ਰੋਟੀ ਤਾਂ ਖਾਣੀ ਹੈ ਨਾ, ਢਿੱਡ 'ਤੇ ਲੱਗਾ ਆ ਭਾਜੀ। ਧਰਮ ਨਾਲ ਝੂਠ ਨਹੀਂ ਬੋਲਦੇ, 32 ਰੁਪਏ ਕਿਲੋ ਚਾਵਲ ਤੁਹਾਨੂੰ ਕਿਤੇ ਮਿਲ ਜਾਣ ਤਾਂ ਸਾਨੂੰ ਕਹਿ ਦਿਓ ਆ ਕੇ। 32 ਮੱਥੇ ਲੱਗਦੀ ਹੈ, 32 ਮੱਥੇ ਲੱਗਦੀ, ਲੈਣ ਵਾਲੀ ਗੱਲ ਕਰੋ, ਦੇਖੋ ਬੋਰੀ ਪਈ। ਵਾਹ ਬੋਰੀ ਹੈ, ਡਬਲ ਰੋਲ ਲੱਗਣ ਡਿਆ ਬਿਲਕੁਲ। ਯਾਰ ਤੁਸੀਂ ਕੀ ਕਰਦੇ ਹੋ, ਉਹ ਜੈਨ ਨੂੰ ਇੱਦਾਂ ਕਰਦਾ, ਜੈਨ ਨੂੰ ਇੱਦਾਂ ਕਰਦਾ ਯਾਰ, ਗਰੀਬ ਬੰਦਾ ਵਿਚਾਰਾ ਕਰਨ ਦੀ ਬਾਰੀ ਬੋਰੀ, ਉਹਦਾ ਹੀ ਸ਼ਕਲ ਬਣਾਈ, ਪਤਾ ਨਹੀਂ ਲੱਗਦਾ ਫੁੰਮਣ ਕਿਹੜਾ ਤੇ ਬੋਰੀ ਕਿਹੜੀ। ਤੁਸੀਂ ਦੱਸੋ ਹੁਣ ਕਿੰਨੇ ਕਿਲੋ ਕਰਦੀ, ਬਸ ਦੇਣੀ ਇਹੀ ਬੋਰੀ ਆ ਭਾਜੀ ਤੁਹਾਨੂੰ। ਨਹੀਂ ਜਦੋਂ ਟਰੱਕ ਉਲਟਿਆ ਤੂੰ ਵਿੱਚੇ ਹੀ ਸੀਗਾ ਟਰੱਕ ਦੇ ਭਾਜੀ, ਟਰੱਕ ਤੇ ਉਲਟਿਆ ਹੁੰਦਾ ਤੇ ਆਹ ਸ਼ਕਲ ਹੋਣੀ ਸੀ। ਉਹੀ ਮੈਂ ਕਹਿੰਦਾ ਤੇ ਉਦੋਂ ਦੇ ਉਦਾਂ ਹੀ ਖੜੇ ਨੇ। ਹਾਂ ਮੈਂ ਨਹੀਂ ਤਾਂ ਵਿੱਚ ਸੀਗਾ, ਇਹ ਤਾਂ ਭਾਜੀ ਉਹਨਾਂ ਨੇ ਮਗਰੋਂ ਮੈਨੂੰ ਫੋਨ ਕੀਤਾ ਤੇ ਮੈਂ ਸਾਈਕਲ ਤੇ ਆਇਆ ਪਿੰਡੋਂ, ਹੁਣ ਸਾਈਕਲ ਤੇ ਜਾ ਕੇ ਤੇ ਘਰ ਘਰ ਬੋਰੀ ਵੇਚਣ ਡਏ ਆ ਭਾਜੀ। ਮੈਂ ਵਿੱਚੇ ਸੀ, ਮੇਰੇ ਕੋਲ ਪੁੱਛੋ। ਆਹੋ ਤੇ ਫਿਰ ਜਾਕੋ ਰੱਖੇ ਸਾਈਆਂ ਮਾਰ ਨਾ ਸਕੇ ਕੋਈ, ਮੈਂ ਬਚ ਗਿਆ, ਹੁਣ ਮੇਰੇ ਚਾਵਲ ਕਿਉਂ ਬਚਣ, ਮੈਂ ਕਹਿੰਦਾ ਚਾਵਲ ਤੇ ਨਿਕਲ ਜਾਣ ਨਾ ਜੀ। ਕਿੰਨੇ ਹੈ, ਕਿੰਨੇ ਕਿੰਨੇ ਕਿਲੋ ਹੈ? 32 ਕਿਲੋ 32 ਰੁਪਏ ਕਿਲੋ, 32 ਰੁਪਏ ਕਿਲੋ, 32 ਪੈਸੇ ਲੱਗ। ਯਾਰ ਸੱਚ ਮੁੱਲ ਕੇ ਯਾਦ ਆਇਆ ਕਿ ਜਿਹੜਾ ਆਪਣੀ ਗੱਡੀ 'ਚ ਕੱਲ੍ਹ ਸਮਾਨ ਰੱਖਿਆ ਸੀ ਆਪਾਂ, ਜਿਹੜਾ ਇਕੱਠਾ ਲੈ ਕੇ ਆਏ ਘੜੀਆਂ, ਉਹ ਚੱਕ ਲਈਆਂ ਸੀ, ਉਹ ਕੱਢ ਕੇ ਨਾ ਜਾਏ ਕੋਈ? ਨਹੀਂ ਨਹੀਂ ਪਈਆਂ ਹਲੇ, ਤੂੰ ਲਿਆ ਉਹਨਾਂ ਨੂੰ ਯਾਰ, ਰੱਖੀ ਅੰਦਰ ਜਿਹੜਾ ਚੌਲ ਫੜੋ, ਚੌਲ ਭਰਾਵਾ ਫੜ, ਤੂੰ ਚੌਲ ਫੜ ਕੋਈ ਨਹੀਂ, ਆਪਾਂ ਕਰਦੇ ਹਾਂ ਬਹੁਤ ਮਹਿੰਗੇ ਚੋਹ ਵਿੱਚ ਰੱਖ ਵਾਪਸ, ਇਹਨਾਂ ਪਤਾ ਨਹੀਂ ਲੈਣੇ ਲੈਣੇ ਗੱਲਾਂ ਮਾਰੀ ਜਾਂਦੇ। ਪਿੱਛੇ ਮੈਂ 4 ਬੋਰੀਆਂ ਵੇਚ ਵੀ ਆਇਆ, ਇੱਕ ਪਤਾ ਨਹੀਂ ਆਪਣੇ ਤੁਰਲੇ ਜੇ ਚੱਕ ਕੇ ਇੱਕ ਬੋਰੀ ਨਹੀਂ ਵੇਚੀ। ਉਹ ਭਾਅ ਜੀ ਗੱਲ ਤਾਂ ਕਰਨ ਡਿਆ, ਉਹ ਤਾਂ ਤੁਸੀਂ ਉੱਤੇ ਹੀ ਆ ਗਏ, ਅਗਲਾ ਗੱਲ ਕਰਾਂਗੇ, ਬਿਜ਼ਨਸ ਤਾਂ ਇੱਦਾਂ ਹੀ ਥੋੜ੍ਹਾ ਹੋ ਜਾਂਦਾ, ਤੁਸੀਂ ਟਰੱਕਾਂ ਟਰੱਕ ਵੇਚਣੇ, ਘਰ ਘਰ ਜਾ ਕੇ ਵੇਚਣਾ ਹੋਰ ਗੱਲ ਹੁੰਦੀ ਹੈ।
ਕੋਈ ਨੀ ਸੈਲ ਪਾ ਲਾਂਗੇ ਆਪਾਂ, ਦੱਸੋ ਭਾਜੀ ਕਿੰਨੇ ਕੁ ਦੀ ਹੈਗੀ? ਦੱਸੋ ਕਿਦਾਂ ਕੀ ਕਰਨਾ ਦਾ? ਛੱਡੋ ਭਾਜੀ ਤੁਸੀਂ ਕੀ ਕਰਨਾ, ਤੁਸੀਂ ਆਪਣੇ ਚੌਲਾਂ ਦੀ ਗੱਲ ਕਰੋ, ਐ ਮਹਿੰਗੀਆਂ ਚੀਜ਼ਾਂ ਤੁਹਾਡੇ ਵਾਸਤੇ ਚੀਜ਼ ਕੀ? ਉਹ ਭਾਜੀ ਸਾਡੇ ਪਿੰਡਾਂ 'ਚ ਵਿਕ ਜਾਣੀਆਂ ਹੈਗੀਆਂ ਭਾਜੀ, ਆਪਾਂ ਕਿਸੇ ਨੂੰ ਕਹਿਣਾ ਸਾਡਾ ਟਰੱਕ ਉੱਟਿਆ ਘੜੀਆਂ ਆਪਾਂ ਵੇਚ ਲੈਣੀ, ਬੱਤੀ ਮੱਥੇ ਲੱਗਦੀ ਹੈ ਘੜੀ ਘੜੀ ਦੀ ਗੱਲ ਹੁੰਦੀ, ਲੈ ਮੁਕਾ ਪਕਾਓ ਸੌਦਾ, ਘੜੀਆਂ ਤਾਂ ਦਿਓ ਬੋਰੀ ਸਾਨੂੰ, ਇੱਧਰੋਂ ਚੌਲਾਂ ਦੀ ਬੋਰੀ ਚੱਕੋ ਤੁਸੀਂ, ਨਹੀਂ ਨਾਲ ਪੈਸੇ ਲਾਵਾਂਗੇ, ਇੱਦਾਂ ਖੜਾ ਹੈਗਾ। ਚਲ ਇੱਦਾਂ ਕਰੋ, ਇੱਕ ਪੁਰਾਣੇ ਜ਼ਮਾਨੇ 'ਚ ਕਿਹੜਾ ਸਿਸਟਮ ਕਹਿੰਦੇ ਹੁੰਦੇ ਸੀਗੇ? ਬਾਰਡਰ ਸਿਸਟਮ, ਮੱਖਣ ਵਾਲਾ? ਨਹੀਂ ਨਹੀਂ, ਚਲ ਜੋ ਜੋ ਹੀ ਕਹਿੰਦੇ, ਤੁਸੀਂ ਘੜੀਆਂ ਦਾ ਥੈਲਾ ਸਾਨੂੰ ਦਿਓ ਅਤੇ ਸਾਡਾ ਆਪਣਾ ਥੈਲਾ, ਤੁਸੀਂ ਲੋਕ ਗੱਲ ਖਤਮ, ਆਪਾਂ ਤੁਸੀਂ ਵਿਹਲੇ ਆਪਾਂ ਵੀ ਵਿਹਲੇ। ਭਾਅ ਜੀ ਪਿੰਡਾਂ 'ਚ ਵਿਕ ਜਾਂਦੀਆਂ ਘੜੀਆਂ, ਚੌਲ ਵਿਕਦੇ ਨਹੀਂ, ਚੌਲ ਹਰ ਘਰ 'ਚ ਹੈਗੇ ਆ, ਤੂੰ ਚੌਲ ਲੋ ਆਪਾਂ ਘੜੀ ਲਿਆ ਕੇ ਜਾਂਦੇ ਹਾਂ, ਉਹ ਘੜੀਆਂ ਸ਼ਹਿਰ 'ਚ ਵਿਕ ਜਾਂਦੀਆਂ। ਚਲ ਵੇਚ ਲਓ ਫਿਰ, ਚੱਲ ਯਾਰ ਆਪਾਂ ਅੱਗੇ ਆਓ ਸਾਹਮਣੇ, ਉਹ ਬੀਬੀ ਜੀ ਬੈਠੇ ਆਓ, ਚਲ ਜਾਓ ਯਾਰ, ਜਾਓ ਯਾਰ ਯਾਰ, ਆਹ ਘੜੀ ਤਾਂ ਦੇਜੋ ਸਾਡੀ, ਇਹ ਭਰਾ ਤੁਹਾਡੇ ਵਾਸਤੇ ਚੀਜ਼ ਨਹੀਂ ਹੈਗੀ, ਹੈ ਮਹਿੰਗੀ ਚੀਜ਼ ਹੈ। ਮੈਂ ਕਹਿਣ ਡਿਆ ਹੁਣ ਜੇ ਦੇਖੋ ਜੇ ਆ ਗਈ ਨਾ ਕੋਲ ਤਾਂ ਗੱਲ ਨਿਬੇੜੋ ਹੁਣ। ਭਾਅ ਜੀ ਫਿਰ ਮੈਂ ਤੁਹਾਨੂੰ ਇੱਕ ਵਾਰੀ ਫਿਰ ਕਹਾਂ, ਬੱਤੀ ਮੱਥੇ ਲੱਗਦੀ ਹੈ, ਖੱਟ ਤੁਸੀਂ ਵੀ ਜਾਓਗੇ, ਬੱਤੀ ਕਿਲੋ ਚਾਵਲ ਦੇ ਕੇ 10 ਕਿਲੋ ਘੜੀਆਂ ਲੈ ਕੇ ਜਾਂਦੇ। ਉਹ ਭਾਜੀ ਤਾਂ ਮੁਸੀਬਤ ਦੇ ਨਾਮ ਆ ਰਹੇ ਹੁੰਦੇ ਨਾ, ਤਾਂ ਅਸੀਂ ਚੌਲ ਵੇਚਣੇ ਨਹੀਂ ਸੀਗੇ। ਚਲੋ ਚਲੋ ਆਪਣਾ ਹਿਸਾਬ ਕਲੀਅਰ ਹੋ ਗਿਆ, ਨਾ ਵੀ ਚੌਲ ਕਿੱਥੇ, ਘੜੀ ਲੈ ਲਓ, ਘੜੀਆਂ ਲੈ ਲਓ, ਘੜੀਆਂ ਆਪਣੀਆਂ, ਘੜੀਆਂ ਲੈ ਲਓ, ਘੜੀਆਂ। ਕਮਾਲ ਦੇ ਬੰਦੇ ਹੋ ਸ਼ਹਿਰੂਓ, ਬਾਜੀ ਬਾ ਕਮਾਲ ਕਰ ਛੱਡੀ, ਤੁਹਾਡਾ ਸਾਡਾ ਟਰੱਕ ਹੋਰ ਪਲਟਾ ਛੱਡਿਆ ਜੀ, ਆਹ ਘੜੀ ਦਿੱਤੀ ਹੈ, ਘੜੀ ਦੇ ਵਿੱਚ ਮਸ਼ੀਨ ਹੈ ਨਹੀਂ ਗੀ, ਤੇ ਭਰਾਵਾ ਅਸੀਂ ਤੁਹਾਡੇ ਵਰਗੇ ਬੰਦੇ ਹੀ ਆ, ਜੇ ਸਾਡੀ ਘੜੀ 'ਚ ਮਸ਼ੀਨ ਹੈ ਨਹੀਂ, ਤੁਹਾਡੇ ਚੌਲਾਂ ਦੀ ਬੋਰੀ 'ਚ ਕਿਹੜੇ ਚੌਲ ਹੈਗੇ ਆ, ਮਿੱਟੀ ਆ ਭਾਜੀ, ਤੁਸੀਂ ਬੋਰੀ ਖੋਲ ਕੇ ਦੇਖ ਵੀ ਨਹੀਂ। ਹਾਂ ਤੁਸੀਂ ਘੜੀ ਖੋਲ ਕੇ ਦੇਖ ਸਕਦੇ, ਅਸੀਂ ਬੋਰੀ ਖੋਲ ਕੇ ਨਹੀਂ ਦੇਖ ਸਕਦੇ।